ਨਾ ਤਾਂ ਤੁਸੀਂ ਐਮਪੋਕਸ ਦੇ ਬਾਰੇ ਜ਼ਰੂਰ ਸੁਣ ਰਹੇ ਹੋਵੋਗੇ। ਇਸ ਨੇ ਦੁਨੀਆ ਦੇ 116 ਦੇਸ਼ਾਂ ਦੇ ਵਿੱਚ ਆਤੰਕ ਮਚਾ ਰੱਖਿਆ ਹੈ ਅਤੇ ਇਸ ਲਿਸਟ ਦੇ ਵਿੱਚ ਇੰਡੀਆ ਵੀ ਸ਼ਾਮਲ ਹੈ। ਵਰਲਡ ਹੈਲਥ ਔਰਗਨਾਈਜੇਸ਼ਨ ਨੇ ਅਲਰਟ ਜਾਰੀ ਕੀਤਾ ਹੈ, ਜੇਕਰ ਇਸ ਚੀਜ਼ ਦੇ ਉੱਪਰ ਕੰਟਰੋਲ ਨਹੀਂ ਕੀਤਾ ਗਿਆ ਇਸ ਬਿਮਾਰੀ ਦੇ ਉੱਪਰ, ਤਾਂ ਇਹ ਇੱਕ ਬਹੁਤ ਵੱਡੀ ਮਹਾਮਾਰੀ ਬਣ ਕੇ ਉਭਰੇਗੀ। ਜਾਣੀ ਕਿ ਇਸ ਵਾਇਰਸ ਦੇ ਨਾਲ ਮਹਾਮਾਰੀ ਦਾ ਇੱਕ ਅਜਿਹਾ ਪ੍ਰਕੋਪ ਤੁਸੀਂ ਦੇਖੋਗੇ ਜਿਹੜਾ ਇਸ ਤੋਂ ਪਹਿਲਾਂ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਹੋਵੇਗਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਇਹ ਵਾਇਰਸ ਹੈ ਕੀ ਅਤੇ ਕਿਉਂ ਇੰਨੀ ਛੇਤੀ ਇਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਕੀ ਕੋਵਿਡ ਦੀ ਤਰ੍ਹਾਂ ਇਸ ਦੇ ਵਿੱਚ ਵੀ ਕਿਸੇ ਨੇ ਛੇੜਖਾਨੀ ਕੀਤੀ ਹੈ, ਜਿਸ ਦੇ ਨਾਲ ਇਹ ਪੂਰੀ ਦੁਨੀਆ ਭਰ ਦੇ ਵਿੱਚ ਫੈਲਦਾ ਜਾ ਰਿਹਾ ਹੈ? ਕੁਝ ਦਿਨ ਪਹਿਲਾਂ ਹੀ ਵਰਲਡ ਹੈਲਥ ਔਰਗਨਾਈਜੇਸ਼ਨ ਦੇ ਡਾਇਰੈਕਟਰ ਡਾਕਟਰ ਟੈਡਰੋਸ ਨੇ ਇਹ ਅਨਾਊਂਸਮੈਂਟ ਕੀਤੀ ਸੀ ਕਿ ਐਮਪੋਕਸ ਨਾਮ ਦਾ ਵਾਇਰਸ ਜਿਹੜਾ ਕੁਝ ਸਮਾਂ ਪਹਿਲਾਂ ਅਫਰੀਕਾ ਦੇ ਸਿਰਫ ਇੱਕ ਦੇਸ਼ ਦੇ ਵਿੱਚ ਹੀ ਸੀ, ਹੁਣ ਇਹ ਪੂਰੀ ਦੁਨੀਆ ਦੇ ਲਈ ਖਤਰਾ ਬਣ ਚੁੱਕਿਆ ਹੈ। ਤੁਹਾਨੂੰ ਦੱਸ ਦਿੰਦੇ ਕਿ ਇਹ ਵਾਇਰਸ ਨੇ ਸਾਲ 2002 ਦੇ ਵਿੱਚ ਦੁਨੀਆ ਭਰ ਦੇ ਵਿੱਚ ਫੈਲਣ ਦੀ ਕੋਸ਼ਿਸ਼ ਕੀਤੀ ਸੀ ਤੇ ਹਾਲ ਹੀ ਦੇ ਵਿੱਚ ਇਸ ਵਾਇਰਸ ਦਾ ਇੱਕ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ ਜਿਹੜਾ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਪਾਵਰਫੁਲ ਤੇ ਡੈਡਲੀ ਹੈ। ਇਹ ਵਾਇਰਸ ਸੈਂਟਰਲ ਅਫਰੀਕਾ ਦੇ ਇੱਕ ਦੇਸ਼ ਰਿਪਬਲਿਕ ਆਫ ਕੋਂਗੋ ਦੇ ਵਿੱਚੋਂ ਫੈਲਣਾ ਸ਼ੁਰੂ ਹੋਇਆ ਸੀ। ਹੁਣ ਇਹ ਵਾਇਰਸ ਅਫਰੀਕਾ ਦੇ 12 ਦੇਸ਼ਾਂ ਦੇ ਨਾਲ ਨਾਲ ਯੂਰਪ, ਸਵੀਡਨ, ਸਾਊਦੀ ਅਰਬ ਤੇ ਫਿਲੀਪੀਨ ਵਰਗੇ ਈਸਟ ਏਸ਼ੀਆ ਦੇਸ਼ਾਂ ਦੇ ਵਿੱਚ ਵੀ ਫੈਲ ਚੁੱਕਿਆ ਹੈ। ਸਭ ਤੋਂ ਜ਼ਿਆਦਾ ਡਰਾਉਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਵਾਇਰਸ ਦਾ ਜਿਹੜਾ ਨਵਾਂ ਵੇਰੀਐਂਟ ਆਇਆ ਹੈ ਇਹ ਕੋਵਿਡ ਵਾਲੇ ਵਾਇਰਸ ਤੋਂ 7 ਗੁਣਾ ਜ਼ਿਆਦਾ ਖਤਰਨਾਕ ਹੈ। ਹਾਲ ਹੀ ਦੇ ਵਿੱਚ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਮਿਸ਼ਰਾ ਨੇ ਵੀ ਇੱਕ ਅਰਜੈਂਟ ਮੀਟਿੰਗ ਬੁਲਾਈ ਸੀ, ਜਿਸ ਦੇ ਵਿੱਚ ਉਹਨਾਂ ਨੇ ਦਿੱਲੀ ਜਿੱਥੇ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਟ੍ਰੈਵਲਰ ਆਉਂਦੇ ਨੇ ਉੱਥੋਂ ਦੇ 3 ਵੱਡੇ ਹਸਪੀਟਲ ਨੂੰ, ਜਾਂ ਕੀ ਇਹ ਦਿੱਲੀ ਦੇ 3 ਵੱਡੇ ਹਸਪੀਟਲ ਨੂੰ ਤਿਆਰ ਬਰ ਤਿਆਰ ਰਹਿਣ ਦੇ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਕਦੇ ਵੀ ਮਾੜੀ ਤੋਂ ਮਾੜੀ ਸਿਚੁਏਸ਼ਨ ਆ ਸਕਦੀ ਹੈ, ਇਸ ਲਈ ਤੁਸੀਂ ਪ੍ਰੋਪਰ ਤਿਆਰੀ ਕਰਕੇ ਰੱਖੋ। ਇੱਥੋਂ ਤੱਕ ਕਿ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ PK ਮਿਸ਼ਰਾ ਨੇ ਇੰਡੀਆ ਦੀਆਂ ਬਾਕੀ ਸਟੇਟ ਦੇ ਲਈ ਵੀ ਅਪੀਲ ਕੀਤੀ ਹੈ ਕਿ ਉਹ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਅਤੇ ਪੂਰੇ ਤਿਆਰ ਬਰ ਤਿਆਰ ਹੋ ਕੇ ਰਹਿਣ। ਕੋਈ ਵੀ ਨਵਾਂ ਵਾਇਰਸ ਜਦੋਂ ਇਨਸਾਨ ਨੂੰ ਆਪਣੀ ਚਪੇਟ ਦੇ ਵਿੱਚ ਲੈਂਦਾ ਹੈ ਤਾਂ ਉਹ ਵਾਇਰਸ 2-3 ਸਾਲ ਤੱਕ ਉਸ ਇਨਸਾਨ ਦੇ ਅੰਦਰ ਬਿਲਕੁਲ ਸਾਇਲੈਂਟਲੀ ਪਿਆ ਰਹਿੰਦਾ ਹੈ। ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤਾਂ ਇਹ ਵਾਇਰਸ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੁੰਦਾ ਹੈ ਇਨਸਾਨ ਨੂੰ ਇੱਕਦਮ ਸਿੱਟਣ ਦੇ ਲਈ ਜਾਂ ਉਸ ਦੇ ਉੱਪਰ ਇੱਕਦਮ ਕਾਬੂ ਪਾਉਣ ਦੇ ਲਈ, ਤੇ ਫਿਰ ਇਹ ਵਾਇਰਸ ਇੱਕਦਮ ਉੱਭਰਦਾ ਹੈ ਤੇ ਇੱਕ ਹੀ ਝਟਕੇ ਦੇ ਵਿੱਚ ਇਨਸਾਨ ਦੇ ਉੱਪਰ ਕਬਜ਼ਾ ਕਰ ਲੈਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਇਹ 2-3 ਸਾਲ ਦੇ ਪੀਰੀਅਡਸ ਦੇ ਦੌਰਾਨ ਹੀ ਵਾਇਰਸ ਦਾ ਇੱਕ ਜਾਨਲੇਵਾ ਵੇਰੀਐਂਟ ਤਿਆਰ ਹੋ ਜਾਂਦਾ ਹੈ ਤੇ ਬਹੁਤ ਤੇਜ਼ੀ ਨਾਲ ਲੋਕਾਂ ਦੇ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਾਨ ਲੈਣਾ ਸ਼ੁਰੂ ਕਰ ਦਿੰਦਾ ਹੈ। ਅੱਜ ਤੋਂ 2 ਸਾਲ ਪਹਿਲਾਂ ਐਮਪੋਕਸ ਦਾ ਇੱਕ ਵੀਕ ਵੇਰੀਐਂਟ ਪਹਿਲਾਂ ਆ ਚੁੱਕਿਆ ਹੈ। ਉਸ ਸਮੇਂ ਇਸ ਵਾਇਰਸ ਨੇ ਦੁਨੀਆ ਭਰ ਦੇ ਵਿੱਚ 1,00,000 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਵਾਇਰਸ ਨੂੰ ਇਨਕਲੂਬਲੇਸ਼ਨ ਦੇ ਲਈ ਕਾਫੀ ਸਮਾਂ ਮਿਲ ਗਿਆ, ਜਾਂ ਕਹੀਏ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਵਿੱਚ ਇਸ ਵਾਇਰਸ ਨੂੰ ਕਾਫੀ ਜ਼ਿਆਦਾ ਟਾਈਮ ਮਿਲ ਗਿਆ ਤੇ ਜਿਹੜਾ ਹੁਣ ਇਸ ਵਾਇਰਸ ਦਾ ਵੇਰੀਐਂਟ ਆਇਆ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਪਾਵਰਫੁਲ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਵਾਇਰਸ ਇੰਡੀਆ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਫਿਰ ਤੋਂ ਲੌਕਡਾਊਨ ਵਰਗੀ ਸਿਚੁਏਸ਼ਨ ਲੈ ਕੇ ਆ ਸਕਦਾ ਹੈ। ਕੀ ਇਹ ਲੋਕਾਂ ਨੂੰ ਸ਼ਿਕਾਰ ਬਣਾ ਕੇ ਇੰਡੀਆ ਦੇ ਨਾਲ ਨਾਲ ਪੂਰੀ ਦੁਨੀਆ ਦੀ ਆਬਾਦੀ ਨੂੰ ਵੀ ਤਹਿਸ ਨਹਿਸ ਕਰ ਦੇਵੇਗਾ? ਇਹ ਗੱਲ ਹੈ ਜੀ 1958 ਦੀ, ਜਦੋਂ ਡੈਨਮਾਰਕ ਦੇ ਕੁਝ ਵਿਗਿਆਨੀਆਂ ਨੇ ਆਪਣੀ ਪੋਲੀਓ ਦੀ ਜਿਹੜੀ ਉਹਨਾਂ ਨੇ ਦਵਾਈ ਬਣਾਈ ਸੀ ਉਸ ਨੂੰ ਟੈਸਟ ਕਰਨ ਦੇ ਲਈ ਸਿੰਗਾਪੁਰ ਤੋਂ ਮਕੌਕ ਬਾਂਦਰਾਂ ਨੂੰ ਮੰਗਾਇਆ ਸੀ। ਜਦੋਂ ਇਹ ਸਾਰੇ ਬਾਂਦਰ ਸਿੰਗਾਪੁਰ ਤੋਂ ਡੈਨਮਾਰਕ ਪਹੁੰਚਦੇ ਨੇ ਤਾਂ ਉੱਥੋਂ ਦੇ ਵਿਗਿਆਨਿਕ ਦੇਖਦੇ ਨੇ ਕਿ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਬਾਂਦਰ ਹੈ ਉਹ ਥੋੜਾ ਇਨਫੈਕਟਡ ਹੈ ਜਾਂ ਉਸ ਨੂੰ ਵਾਇਰਲ ਹੈ। ਉਸ ਬਾਂਦਰ ਨੂੰ ਉਸ ਸਮੇਂ ਬਹੁਤ ਜ਼ਿਆਦਾ ਤੇਜ਼ ਬੁਖਾਰ ਸੀ ਤੇ ਮਸਲ ਪੇਨ ਹੋ ਰਹੀ ਸੀ। ਜਦੋਂ ਵਿਗਿਆਨਿਕਾਂ ਨੇ ਇਸ ਬਾਂਦਰ ਦੀ ਸਕੈਨ ਅਤੇ ਇਸ ਦੇ ਬਲੱਡ ਦੇ ਸੈਂਪਲ ਲਏ ਤੇ ਉਹਨਾਂ ਨੂੰ ਟੈਸਟ ਕੀਤਾ ਤਾਂ ਵਿਗਿਆਨਿਕਾਂ ਨੂੰ ਪਤਾ ਲੱਗਿਆ ਕਿ ਇਹ ਬਾਂਦਰ ਇੱਕ ਨਵੇਂ ਤਰ੍ਹਾਂ ਦੇ ਵਾਇਰਸ ਦੇ ਨਾਲ ਇਨਫੈਕਟਡ ਹੈ। ਉਦੋਂ ਤੋਂ ਹੀ ਇਸ ਵਾਇਰਸ ਦਾ ਨਾਮ ਐਮਪੋਕਸ ਜਾਣ ਕੇ ਮੌਂਕੀ ਪੋਕਸ ਵਾਇਰਸ ਪੈ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਵਾਇਰਸ ਬਾਂਦਰਾਂ ਤੋਂ ਇਨਸਾਨ ਦੇ ਵਿੱਚ ਕਿਵੇਂ ਆਇਆ ਤੇ 7 ਦਹਾਕਿਆਂ ਬਾਅਦ ਇਹ ਵਾਇਰਸ ਇੰਨਾ ਜ਼ਿਆਦਾ ਖਤਰਨਾਕ ਤਰੀਕੇ ਦੇ ਨਾਲ ਕਿਵੇਂ ਪ੍ਰਗਟ ਹੋ ਗਿਆ? ਇਹ ਵਾਇਰਸ ਦਾ ਸਭ ਤੋਂ ਪਹਿਲਾ ਸ਼ਿਕਾਰ ਰਿਪਬਲਿਕ ਆਫ ਕੋਂਗੋ ਦੇ ਵਿੱਚ ਰਹਿਣ ਵਾਲਾ ਇੱਕ 9 ਸਾਲ ਦਾ ਬੱਚਾ ਸੀ। ਇਹ ਬੱਚਾ ਜਿੱਥੇ ਰਹਿੰਦਾ ਸੀ ਉਹ ਸਾਰੇ ਦਾ ਸਾਰਾ ਕਬੀਲਾ ਐਮਪੋਕਸ ਵਾਇਰਸ ਦੇ ਨਾਲ ਇਨਫੈਕਟਡ ਬਾਂਦਰਾਂ ਦੇ ਸੰਪਰਕ ਦੇ ਵਿੱਚ ਆਇਆ ਸੀ। ਸੌਖੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਇਹ ਵਾਇਰਸ ਪਹਿਲੀ ਵਾਰ ਇਸ ਕਬੀਲੇ ਦੇ ਵਿੱਚ ਹੀ ਆਇਆ।
ਕਰਵਾਇਆ ਸੀ ਤੇ ਇਸ ਕਬੀਲੇ ਦੇ ਲੋਕਾਂ ਨੂੰ ਹੀ ਇਹ ਵਾਇਰਸ ਨੇ ਆਪਣੀ ਲੈਬੋਰਟਰੀ ਬਣਾ ਲਿਆ ਸੀ ਤੇ ਉੱਥੇ ਹੀ ਇਹ ਵਾਇਰਸ ਹਿਊਮਨ ਜਾਂ ਕਹੀਏ ਇਨਸਾਨਾਂ ਨੂੰ ਇਨਫੈਕਟ ਕਰਨ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਡਿਵੈਲਪ ਕਰਨ ਲੱਗ ਗਿਆ ਤੇ ਇਸ ਤਰ੍ਹਾਂ ਇਹ ਵਾਇਰਸ ਨੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਪਰਫੈਕਟ ਕਰ ਲਿਆ ਕਿ ਉਸ ਦੇ ਨਾਲ ਇਸ ਨੇ ਇੱਕ ਬੱਚੇ ਦੀ ਉੱਥੇ ਜਾਨ ਵੀ ਲੈ ਲਈ। ਇਹ ਤਾਂ ਸਿਰਫ ਇੱਕ ਸ਼ੁਰੂਆਤ ਸੀ, ਇਸ ਤੋਂ ਬਾਅਦ ਇਹ ਵਾਇਰਸ ਦੋ ਕਲੇਡ ਦੇ ਵਿੱਚ ਜਾਂ ਕਿ ਦੋ ਗਰੁੱਪਾਂ ਦੇ ਵਿੱਚ ਵੰਡਿਆ ਗਿਆ। ਇਸ ਵਾਇਰਸ ਦਾ ਜਿਹੜਾ ਪਹਿਲਾ ਗਰੁੱਪ ਹੈ ਉਸ ਦੇ ਸਿੰਪਟਮ ਕਾਫੀ ਜ਼ਿਆਦਾ ਖਤਰਨਾਕ ਹੁੰਦੇ ਨੇ, ਇਸ ਕਰਕੇ ਉਹ ਸਕੈਨਿੰਗ ਦੇ ਵਿੱਚ ਫੜਿਆ ਜਾਂਦਾ ਹੈ। ਬਾਰਡਰ ਤੇ ਜਦੋਂ ਸਕੈਨ ਕੀਤੀ ਜਾਂਦੀ ਹੈ ਤਾਂ ਇਹ ਵਾਇਰਸ ਪਕੜ ਦੇ ਵਿੱਚ ਆ ਜਾਂਦਾ ਹੈ। ਪਰ ਇਹ ਵਾਇਰਸ ਦਾ ਜਿਹੜਾ ਦੂਜਾ ਗਰੁੱਪ ਹੈ ਉਸ ਦੇ ਲੱਛਣ ਕੋਈ ਜ਼ਿਆਦਾ ਖਤਰਨਾਕ ਨਹੀਂ ਹੁੰਦੇ ਤੇ ਉਹ ਸਕੈਨ ਦੇ ਵਿੱਚ ਵੀ ਨਹੀਂ ਹੁੰਦਾ। ਇਸ ਕਰਕੇ ਜਿਹੜਾ ਇਹ ਦੂਜੇ ਵਾਇਰਸ ਦੇ ਨਾਲ ਇਨਫੈਕਟਡ ਲੋਕ ਹੁੰਦੇ ਨੇ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਆਸਾਨੀ ਦੇ ਨਾਲ ਚਲੇ ਜਾਂਦੇ ਨੇ, ਪਰ ਜਿਹੜਾ ਇਹ ਵਾਇਰਸ ਦਾ ਪਹਿਲਾ ਗਰੁੱਪ ਹੈ ਉਹ ਕੋਂਗੋ ਦੇਸ਼ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਲਈ ਮੁਸੀਬਤ ਬਣ ਚੁੱਕਿਆ ਹੈ। ਉਹ ਸਾਰਿਆਂ ਦੇ ਲਈ ਖਤਰਨਾਕ ਬਣ ਚੁੱਕਿਆ ਹੈ ਕਿਉਂਕਿ ਬਾਕੀ ਦੇਸ਼ਾਂ ਦੇ ਲੋਕਾਂ ਦਾ ਇਮਿਊਨ ਸਿਸਟਮ ਹਜੇ ਇੰਨਾ ਜ਼ਿਆਦਾ ਸਟਰੋਂਗ ਨਹੀਂ ਕਿ ਉਸ ਵਾਇਰਸ ਦੇ ਨਾਲ ਲੜ ਸਕੇ। ਪਹਿਲੇ ਗਰੁੱਪ ਵਾਲੇ ਐਮਪੋਕਸ ਵਾਇਰਸ ਦੇ ਨਾਲ ਮਰਨ ਵਾਲੇ ਲੋਕਾਂ ਦੀ ਪਰਸੈਂਟੇਜ ਜਿਹੜੀ ਉਹ 10% ਹੈ, ਯਾਨੀ ਕਿ ਜੇਕਰ 100 ਬੰਦਾ ਇਸ ਪਹਿਲੇ ਵਾਇਰਸ ਦੇ ਨਾਲ ਇਨਫੈਕਟਡ ਹੁੰਦਾ ਹੈ ਤਾਂ ਉਹਦੇ ਵਿੱਚੋਂ 10 ਜਣੇ ਮਰ ਜਾਂਦੇ ਨੇ, ਜਦਕਿ ਦੂਜੇ ਗਰੁੱਪ ਵਾਲੇ ਐਮਪੋਕਸ ਵਾਇਰਸ ਦੀ ਜਿਹੜੀ ਡੈਥ ਪਰਸੈਂਟੇਜ ਹੈ ਉਹ ਸਿਰਫ 1% ਹੈ, ਯਾਨੀ ਕਿ 100 ਦੇ ਵਿੱਚੋਂ ਸਿਰਫ ਇੱਕ ਇਨਸਾਨ ਹੀ ਮਰਦਾ ਹੈ। ਹੁਣ ਪ੍ਰੋਬਲਮ ਇਹ ਹੈ ਕਿ ਜਿਹੜਾ ਐਮਪੋਕਸ ਦਾ ਹੁਣ ਅੱਜ ਦੇ ਸਮੇਂ ਵਾਇਰਸ ਫੈਲ ਰਿਹਾ ਹੈ ਇਹ ਪਹਿਲੇ ਵਾਲੇ ਗਰੁੱਪ ਦਾ ਹੀ ਵਾਇਰਸ ਹੈ, ਉਸ ਦਾ ਹੀ ਨਵਾਂ ਵਰਜਨ ਹੈ ਜਾਂ ਕਿ ਇਹ ਵੇਰੀਐਂਟ ਹੈ ਜਿਹੜਾ ਕਿ ਆਪਣੇ ਦੇਸ਼ ਕੋਂਗੋ ਤੋਂ ਬਾਹਰ ਨਿਕਲ ਕੇ ਹੌਲੀ ਹੌਲੀ ਹੁਣ ਪੂਰੇ ਅਫਰੀਕਾ, ਯੂਰਪ, ਮਿਡਲ ਈਸਟ ਤੇ ਏਸ਼ੀਆ ਦੇ ਵਿੱਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਹੁਣ ਸਵਾਲ ਇਹ ਆਉਂਦਾ ਹੈ ਕਿ ਇੰਡੀਆ ਇਸ ਕੰਡੀਸ਼ਨ ਦੇ ਵਿੱਚ ਸੇਫ ਹੈ? ਜੇਕਰ ਹੁਣ ਆਪਾਂ ਇੰਡੀਆ ਦੇ ਟੂਰਿਜ਼ਮ ਨੂੰ ਦੇਖੀਏ, ਇੰਡੀਆ ਦੇ ਵਿੱਚ ਮੈਡੀਕਲ ਦੇ ਪਰਪਜ਼ ਲਈ ਜਾਂ ਫਿਰ ਐਜੂਕੇਸ਼ਨ ਦੇ ਪਰਪਜ਼ ਲਈ ਤਕਰੀਬਨ 1,00,000 ਲੋਕ ਹਰ ਸਾਲ ਅਫਰੀਕਾ ਤੋਂ ਇੰਡੀਆ ਆਉਂਦੇ ਨੇ ਤੇ ਸਾਲ 2022 ਦੇ ਵਿੱਚ ਇੱਕ ਮੌਤ ਵੀ ਹੋਈ ਸੀ ਇੰਡੀਆ ਦੇ ਵਿੱਚ ਐਮਪੋਕਸ ਵਾਇਰਸ ਦੇ ਨਾਲ। ਇਹ ਇੱਕ ਜਵਾਨ ਮੁੰਡਾ ਸੀ ਜਿਹੜਾ ਕਿ ਅਰਬ ਦੀਆਂ ਕੰਟਰੀਆਂ ਤੋਂ ਆਇਆ ਸੀ, ਪਰ ਫਿਰ ਵੀ ਇਹ ਵਾਇਰਸ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ ਕਿਉਂਕਿ ਜਿਹੜਾ ਇਹ ਜਵਾਨ ਮੁੰਡਾ ਸੀ ਇਹ ਅਰਬ ਦੇ ਵਿੱਚ ਇੱਕ ਅਜਿਹੇ ਇਨਸਾਨ ਦੇ ਸੰਪਰਕ ਦੇ ਵਿੱਚ ਆਇਆ ਹੋਣਾ ਹੈ ਜਿਹੜਾ ਕਿ ਅਫਰੀਕਾ ਤੋਂ ਆਇਆ ਸੀ। ਹੁਣ ਜਿਹੜੇ ਲੋਕ ਸਿਰਫ ਅਫਰੀਕਾ ਤੋਂ ਆ ਰਹੇ ਨੇ ਉਹਨਾਂ ਦੇ ਉੱਪਰ ਹੀ ਧਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਇਹ ਵਾਇਰਸ ਹੁਣ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕਿਆ ਹੈ, ਇਹ ਕਿਸੇ ਵੀ ਕੰਟਰੀ ਦੇ ਕਿਸੇ ਵੀ ਇਨਸਾਨ ਦੇ ਵਿੱਚ ਹੋ ਸਕਦਾ ਹੈ। ਅਜਿਹੇ ਦੇ ਵਿੱਚ ਜੇਕਰ ਅਸੀਂ ਐਮਪੋਕਸ ਵਾਇਰਸ ਨੂੰ ਰੋਕਣਾ ਹੈ ਤਾਂ ਸਾਰੇ ਜਿੰਨੇ ਵੀ ਫੋਰਨ ਤੋਂ ਫਲਾਈਟਾਂ ਆਉਂਦੀਆਂ ਨੇ ਤਾਂ ਹਰ ਇੱਕ ਦਾ ਟੈਸਟ ਕਰਨਾ ਲਾਜ਼ਮੀ ਹੋਵੇਗਾ ਕਿਉਂਕਿ ਜਿਹੜੇ ਐਮਪੋਕਸ ਵਾਇਰਸ ਦੇ ਨਾਲ ਸਾਲ 2022 ਦੇ ਵਿੱਚ ਉਸ ਜਵਾਨ ਮੁੰਡੇ ਦੀ ਮੌਤ ਹੋਈ ਸੀ ਉਹ ਦੂਜੇ ਵੇਰੀਅੰਟ ਦਾ ਸੀ ਜਾਂ ਕਿ ਦੂਜੇ ਗਰੁੱਪ ਦਾ ਸੀ ਜਿਹੜਾ ਘੱਟ ਡੇਂਜਰਸ ਸੀ, ਪਰ ਘੱਟ ਡੇਂਜਰਸ ਐਮਪੋਕਸ ਵਾਇਰਸ ਨੇ ਵੀ 25 ਹੋਰ ਲੋਕਾਂ ਨੂੰ ਇਨਫੈਕਟਡ ਕਰ ਦਿੱਤਾ ਸੀ। ਹੁਣ ਤੁਸੀਂ ਆਪ ਸੋਚੋ ਕਿ ਜੇਕਰ ਉਹ ਪਹਿਲੇ ਗਰੁੱਪ ਵਾਲਾ ਜਿਹੜਾ ਬਹੁਤ ਜ਼ਿਆਦਾ ਸਟਰੋਂਗ ਐਮਪੋਕ ਵਾਇਰਸ ਹੈ, ਜੇਕਰ ਇਹ ਲੜਕਾ ਉਸ ਦੇ ਨਾਲ ਇਨਫੈਕਟਡ ਹੁੰਦਾ ਤਾਂ ਕੀ ਹਾਲ ਹੁੰਦਾ? ਇਸ ਦੇ ਨਾਲ ਤਾਂ ਤਬਾਹੀ ਹੀ ਮੱਚ ਜਾਣੀ ਸੀ ਕਿਉਂਕਿ ਇੰਡੀਆ ਦੀ ਆਬਾਦੀ ਬਹੁਤ ਜ਼ਿਆਦਾ ਹੈ। ਅਸੀਂ ਸੋਚ ਹੀ ਨਹੀਂ ਸਕਦੇ ਕਿ ਐਮਪੋਕਸ ਦਾ ਜਿਹੜਾ ਪਹਿਲੇ ਗਰੁੱਪ ਵਾਲਾ ਵਾਇਰਸ ਹੈ ਉਹ ਕਿੰਨੀ ਜ਼ਿਆਦਾ ਤਬਾਹੀ ਮਚਾ ਸਕਦਾ ਹੈ ਕਿਉਂਕਿ ਇਹ ਵਾਇਰਸ ਨਵੇਂ ਲੋਕਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਮੋਡੀਫਾਈ ਕਰਨ ਲੱਗ ਜਾਂਦਾ ਹੈ ਜਾਂ ਕਿ ਆਪਣੇ ਆਪ ਨੂੰ ਹੋਰ ਜ਼ਿਆਦਾ ਖਤਰਨਾਕ ਬਣਾਉਣ ਲੱਗ ਜਾਂਦਾ ਹੈ। ਤੇ ਦੂਜਾ ਕਾਰਨ, ਜਿਵੇਂ ਹੀ ਕੋਈ ਇੰਡੀਆ ਦੇ ਵਿੱਚ ਮਹਾਮਾਰੀ ਫੈਲੇਗੀ ਤਾਂ ਉਹ ਬਹੁਤ ਜਲਦੀ ਪੂਰੇ ਵਰਲਡ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਵੇਗੀ ਕਿਉਂਕਿ ਇੰਡੀਆ ਦਾ ਸਰਕਲ ਬਹੁਤ ਵੱਡਾ ਹੈ, ਇੰਡੀਆ ਦੇ ਵਿੱਚ ਬਹੁਤ ਦੇਸ਼ਾਂ ਤੋਂ ਲੋਕ ਆਉਂਦੇ ਨੇ ਤੇ ਜਾਂਦੇ ਨੇ। ਐਮਪੋਕਸ ਵਾਇਰਸ ਦੇ ਨਾਲ ਜਿਹੜਾ ਇਨਸਾਨ ਜਾਂ ਜਾਨਵਰ ਇਨਫੈਕਟਡ ਹੁੰਦਾ ਹੈ ਜੇਕਰ ਤੁਸੀਂ ਉਸ ਨੂੰ ਟੱਚ ਕਰ ਲੈਂਦੇ ਹੋ ਤਾਂ ਇਹ ਵਾਇਰਸ ਤੁਹਾਡੇ ਵਿੱਚ ਆ ਜਾਂਦਾ ਹੈ। ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਤੇ ਡਰਾਉਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਵਾਇਰਸ ਕੱਪੜੇ, ਕੱਚ ਦੇ ਸ਼ੀਸ਼ੇ ਜਾਂ ਟੇਬਲ ਦੇ ਉੱਪਰ ਵੀ 15 ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹੈ। ਇਹ ਸਨ ਜੀ ਐਮਪੋਕਸ ਵਾਇਰਸ ਦੇ ਬਾਰੇ ਕੁਝ ਜਾਣਕਾਰੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।